ਹੈਲੋ ਦੋਸਤੋ ਮੈਂ ਕਿਰਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤੇ ਅੱਜ ਹੈਗੀ ਹੈ ਜੀ ਤਰੀਕ 31 ਦਸੰਬਰ ਤੇ ਅੱਜ ਆਪਾਂ ਨੇ 31 ਦਸੰਬਰ ਦੇ ਕਰੰਟ ਅਫੇਅਰ ਕਰਨੇ ਆ ਯਾਨੀ ਅੱਜ ਸਾਲ ਦੇ ਆਖਰੀ ਦਿਨ ਦੇ ਕਰੰਟ ਅਫੇਅਰ ਆਪਾਂ ਨੇ ਕਰਨੇ ਆ ਇਹ ਕਰੰਟ ਅਫੇਅਰ ਡੇਲੀ ਸਵੇਰੇ 7:00 ਵਜੇ ਕਲਾਸ ਹੁੰਦੀ ਹੈ ਲਾਈਵ ਫਸ ਟਾਈਮ ਮੈਂ ਤੁਹਾਨੂੰ ਇਹ ਕਰਾਉਂਦਾ ਵੀ ਤਾਂ ਜੋ ਵੀ ਨਿਊ ਸਟੂਡੈਂਟ ਹੈਗੇ ਆ ਟਾਈਮ ਨੋਟ ਕਰ ਲਓ ਤੇ ਪੰਜਾਬ ਦੇ ਆਉਣ ਵਾਲੇ ਜਿੰਨੇ ਵੀ ਐਗਜ਼ਾਮ ਹੈਗੇ ਆ 2024 ਦੇ ਵਿੱਚ ਸਾਰਿਆਂ ਦੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਇਹ ਡ ਲਾਈਵ ਸਾਡੇ ਚੈਨਲ ਦੇ ਉੱਤੇ ਕਲਾਸ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜੂਗਾ ਜੀ ਆਹ ਟੈਲੀਗ੍ਰam ਚੈਨਲ ਦਾ ਨਾਮ ਹੈਗਾ ਪ੍ਰਤਾਪ ਅਕੈਡਮੀ ਇਹਨੂੰ ਜੁਆਇਨ ਕਰ ਲਿਓ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਹੀ ਇੰਸਟਾਗ੍ਰam ਦੇ ਉੱਤੇ ਇੱਕ ਅਕਾਊਂਟ ਹੈ ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਤੇ ਇਹ ਦੋ ਨੰਬਰ ਹੈਗੇ ਆ ਆਪਣੀ ਅਕੈਡਮੀ ਦੇ ਇੱਥੇ ਵੀ ਸਾਡੇ ਨਾਲ ਜੁੜ ਸਕਦੇ ਹੋ ਪੰਜਾਬ ਦੇ ਐਗਜ਼ਾਮ ਦੀ ਤਿਆਰੀ ਕਰਨੀ ਹੈ ਟੈਸਟ ਸੀਰੀਜ਼ ਜੁਆਇਨ ਕਰਨੀ ਹੈ ਕੋਰਸ ਜੁਆਇਨ ਕਰਨਾ ਹੈ ਪੀਡੀਐਫ ਚਾਹੀਦੀ ਹੈ ਤਾਂ ਆਹ ਸਾਡਾ ਜੀ ਇੱਕ ਐਪ ਹੈਗਾ ਪ੍ਰਤਾਪ ਅਕੈਡਮੀ ਦੇ ਨਾਂ ਦਾ ਇਹਨੂੰ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਗੂਗਲ ਪਲੇ ਸ ਠੀਕ ਹੈ ਜੇ ਆਈਫੋਨ ਯੂਜ਼ ਕਰਦੇ ਹੋ ਤਾਂ ਮਾਈ ਇੰਸਟੀਚਿਊਟ ਦੇ ਨਾਂ ਤੋਂ ਐਪ ਹੈਗੀ ਹੈ ਇਹਨੂੰ ਡਾਊਨਲੋਡ ਕਰਕੇ ਆਹ ਕੋਡ ਫਿਲ ਕਰ ਸਕਦੇ ਹੋ ਤੁਸੀਂ PYXIV ਠੀਕ ਹੈ ਭਾਈ ਚਲੋ ਭਾਈ ਫਿਰ ਆਪਾਂ ਸਟਾਰਟ ਕਰਦੇ ਹਾਂ ਤੇ ਆਹ ਡੇਲੀ ਦੀ ਟਾਈਮਿੰਗ ਹੈਗੀ ਹੈ ਕਲਾਸਾਂ ਦੀ ਸਵੇਰੇ 7 ਵਜੇ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਜਿਹੜੀ ਮੈਂ ਹੀ ਤੁਹਾਨੂੰ ਕਰਾਉਂਦਾ ਹਾਂ ਭਈ 12 15 ਦੇ ਉੱਤੇ ਦੁਪਹਿਰ ਨੂੰ ਮੈਥ ਦੀ ਕਲਾਸ ਹੁੰਦੀ ਹੈ 6 15 ਦੇ ਉੱਤੇ ਰੀਜ਼ਨਿੰਗ ਹੈ ਤੇ 7:30 ਵਜੇ ਇੰਗਲਿਸ਼ ਦੀ ਕਲਾਸ ਹੁੰਦੀ ਹੈ ਸੁਰਿੰਦਰ ਸਰ ਕਰਾਉਂਦੇ ਆ ਚਲੋ ਜੀ ਪਹਿਲੇ ਕੁਐਸਚਨ ਤੋਂ ਆਪਾਂ ਸ਼ੁਰੂ ਕਰਦੇ ਹਾਂ ਜੀ ਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਹਨਾਂ ਦੁਆਰਾ ਮੈਨ ਆਫ ਦਾ ਈਅਰ 2023 ਪੁਰਸਕਾਰ ਕਿਸ ਨੂੰ ਦਿੱਤਾ ਗਿਆ ਹੈ ਤਾਂ ਆਪਣੇ ਹੋਮ ਮਿਨਿਸਟਰ ਹੈਗੇ ਅਮਿਤ ਸ਼ਾਹ ਉਹਨਾਂ ਨੇ ਇਹ ਪੁਰਸਕਾਰ ਦੇਆ ਕਿਸ ਨੂੰ ਦੇਆ ਇਹ ਪੁਰਸਕਾਰ ਤਾਂ ਇਹਦਾ ਰਾਈਟ ਆਨਸਰ ਹੈਗੇ ਆ ਜੀ ਜਿਹੜੇ ਆਪਣੇ ਡਾਇਰੈਕਟਰ ਹੈਗੇ ਆ ਡਾਇਰੈਕਟਰ ਆਫ ਲਾਟਿਨ ਅਮਰੀਕਾ ਐਂਡ ਕੈਰੀਬੀਅਨ ਟ੍ਰੇਡ ਕੌਂਸਲ ਦੇ ਠੀਕ ਹੈ ਟ੍ਰੇਡ ਕੌਂਸਲ ਦੇ ਡਾਇਰੈਕਟਰ ਨਵੇਂ ਬਣੇ ਹੈ ਜੀ ਇਹ ਠੀਕ ਹੈ ਕੀ ਨਾਂ ਇਹਨਾਂ ਦਾ ਹੈਗਾ ਇਹਨਾਂ ਦਾ ਨਾਮ ਹੈਗਾ ਜੀ ਐਲ ਪੀ ਹਰਮਨਤ ਕੇ ਸ਼੍ਰੀਨਿਵਾਸੁੱਲੂ ਤਾਂ ਰਾਈਟ ਆਨਸਰ ਇੱਥੇ ਕੀ ਹੋ ਗਿਆ ਜੀ ਰਾਈਟ ਆਨਸਰ ਹੋ ਗਿਆ ਇੱਥੇ ਆਪਣਾ ਡੀ ਠੀਕ ਹੈ ਇਹ ਯਾਦ ਰੱਖਣਾ ਤਾਂ ਇਹ ਹੈਗੇ ਆ ਜੀ ਠੀਕ ਹੈ ਹਰਮਨਤ ਸ਼੍ਰੀਨਿਵਾਸੁੱਲੂ ਚਲੋ ਜੀ ਨੈਕਸਟ ਕੁਐਸਚਨ ਤੇ ਆਜੋ ਵਟ ਡਸ ਦਾ ਪੰਜਾਬੀ ਚ ਪੜ੍ਹਦੇ ਆ ਠੀਕ ਹੈ ਨਾ ਐਡਮਿਰਲ ਦੇ इपोलेटस सुपर इंपॉर्टेंट शब्द है ठीक है एदे नवे डिजाइन ਦੇ ਵਿੱਚ ਅਸ਼ਟ ਬੁਜ ਕੀ ਦਰਸਾਉਂਦਾ ਹੈ ਇਸ ਕੁਐਸਚਨ ਨੂੰ ਪਹਿਲਾਂ ਆਪਾਂ ਸਮਝਦੇ ਹਾਂ ਦੇਖੋ ਇਹ ਜਿਹੜਾ ਹੁੰਦਾ ਜੀ ਇਪੋलेटस ਇਹ ਕੀ ਹੁੰਦਾ ਹੈ ਤਾਂ ਇਹ ਹੁੰਦਾ ਜਿਹੜੇ ਆਪਣੇ ਕੰਦਿਆਂ ਦੇ ਉੱਤੇ ਜਿਹੜੇ ਸਜਾਵਟ ਵਾਸਤੇ ਲਗਾਏ ਜਾਂਦੇ ਨੇ ਜਿਵੇਂ ਜਾਂ ਡਿਫੈਂਸ ਵਾਲਿਆਂ ਦੇ ਹੁੰਦੇ ਆ ਕੰਦਿਆਂ ਦੇ ਉੱਤੇ ਜਿਵੇਂ ਆ ਇਸ ਤਰ੍ਹਾਂ ਦੇ ਪੁਲਸ ਵਾਲੇ ਕੋਲ ਵੀ ਹੁੰਦੇ ਆ ਆਪਣੀ ਆਰਮੀ ਨੇ ਵੀ ਸਭ ਕੋਲ ਹੁੰਦੇ ਆ ਤਾਂ ਇਹ ਨਵਾਂ ਜਿਹੜਾ ਹੈਗਾ ਜੀ 1 ਜਨਵਰੀ 2023 24 ਤੋਂ ਲਾਗੂ ਕਰਿਆ ਗਿਆ ਜਿਹੜੀ ਆਪਣੇ ਐਡਮਿਰਲ ਹੈਗੇ ਆ ਐਡਮਿਰਲ ਕੌਣ ਹੁੰਦਾ ਹੈ ਐਡਮਿਰਲ ਆਪਣੇ ਹੈਗੇ ਆ ਜੀ ਨੇਵੀ ਵਾਲੇ ਠੀਕ ਹੈ ਉਹਨਾਂ ਦੇ ਕੰਦੇ ਦੇ ਉੱਤੇ ਪੁਰਾਣਾ ਏ ਸੀਗਾ ਹੁਣ ਇਹਦੀ ਥਾਂ ਤੇ ਨਵਾਂ ਏ ਵਾਲਾ ਜਿਹੜਾ ਐਫਿਲੀਅਟ ਹੈਗਾ ਇਹ ਲਗਾਇਆ ਜਾਏਗਾ ਇਹਦੇ ਵਿੱਚ ਕਈ ਚੀਜ਼ਾਂ ਹੈਗੀਆਂ ਜਿਵੇਂ ਕਿ ਵਿੱਚ ਆਹ ਓਕਟਾਗਨਲ ਓਕਟਾਗਨਲ ਮਤਲਬ 8 ਕੋਣੇ ਦੇ ਹੈਗੇ ਆ ਏ ਸੀ ਬਾਜੀ ਮਹਾਰਾਜ ਦੇ ਉਸ ਤੋਂ ਲਿਆ ਗਿਆ ਸਮਰਾਜ ਤੋਂ ਠੀਕ ਹੈ ਇਹਦਾ ਮਤਲਬ ਪੁੱਛਿਆ ਕੀ ਹੈ ਸਮਝ ਗਈ ਗੱਲ ਦੇਖੋ ਐਡਮਿਰਲ ਪਾਈਗਸ ਨੂੰ ਐਡਮਿਰਲ ਦੇ ਕੰੰਦੇ ਦੇ ਉੱਤੇ ਲੱਗੇਗਾ ਇਹ ਨਵੀਂ ਡਿਜ਼ਾਈਨ ਇਹਦੇ ਵਿੱਚ ਅਸ਼ਟਭੁਜ ਕੀ ਦਰਸਾਉਂਦਾ ਹੈ ਅਸ਼ਟਭੁਜ ਯਾਨੀ ਕਿ ਇਹ ਜਿਹੜਾ ਹੈ ਇਹ ਕੀ ਦਰਸਾਉਂਦਾ ਹੈ ਤਾਂ ਇਹ ਦਰਸਾਉਂਦਾ ਹੈ ਜੀ ਵਿਜ਼ਨ ਕੀ ਦਰਸਾਉਂਦਾ ਹੈ ਵਿਜ਼ਨ ਦਰਸਾਉਂਦਾ ਹੈ ਵਿਜ਼ਨ ਠੀਕ ਹੈ ਹੋਰ ਕੀ ਕੀ ਚੇਂजेस ਆਏ ਹੈ ਤਾਂ ਇਹ ਤਲਵਾਰ ਤੇ ਦੁਰਬੀਨ ਦਾ ਡਿਜ਼ਾਈਨ ਹੈ ਜਿਹੜਾ ਇਹ ਵੀ ਬਦਲਿਆ ਗਿਆ ਠੀਕ ਹੈ ਤੇ ਤਲਵਾਰ ਹੈਗੀ ਇੰਡੀਅਨ ਤੇ ਦੁਰਬੀਨ ਇਹ ਬਦਲਿਆ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਇਹ ਜਿਹੜਾ ਹੈਗਾ 골ਡਨ ਬਟਨ ਇਹ ਵੀ ਹੈਗਾ ਉੱਪਰ ਠੀਕ ਹੈ சிவாਜੀ ਦੀ ਸੀਲ ਹੈ ਬਾਕੀ ਸਾਰਾ ਤੁਸੀਂ ਦੇਖ ਸਕਦੇ ਹੋ ਠੀ बस टेलीस्कोप एक एड कराया गया नैक्सट एक सौ कयासी करोड़ रुपए जे नितिन गडकरी ने सी आर आई एफ स्कीम देते के त अधीन किू टी एस स्टेट वास्ते अलॉट किए हैं उड़े है भी पुल प्रोजेक्ट बनाए जाएगे कि बनाए जाएंगे पुल बनाए जाने, जाने? जाने ब्रिज ठीक है जी तो यह सी आर आई एफ की चीज़ है ये स्कीम कड़ी है तो यह हैगी है, सेंट्रल ਰੋਡ ਐਂਡ ਇਨਫਰਾਸਟ੍ਰਕਚਰ ਫੰਡ ਠੀਕ ਹੈ ਇਸ ਦੇ ਤਹਿਤ ਲਦਾਖ ਦੇ ਵਿੱਚ 181 ਕਰੋੜ ਰੁਪਏ ਅਲਾਉਟ ਕਰੇ ਗਏ ਹਨ ਬ੍ਰਿਜਸ ਵਾਸਤੇ ਪੁਲਾਂ ਵਾਸਤੇ ਠੀਕ ਹੈ ਇਹ ਯਾਦ ਰੱਖਣਾ ਹੈ ਨੈਕਸਟ ਆਉ ਜਿਹੜੀ ਆਪਣੀ ਗਵਰਨਮੈਂਟ ਹੈ ਬਈ ਉਹਨਾਂ ਨੇ ਚੋਲਾਂ ਦੇ ਰੇਟ ਵੱਧ ਰਹੇ ਆ ਉਸ ਨੂੰ ਥੋੜਾ ਟੈਕਲ ਕਰਨ ਵਾਸਤੇ ਆਪਣੇ ਹੀ ਚਾਵਲ ਵੇਚਣ ਦਾ ਫੈਸਲਾ ਕਰਿਆ ਠੀਕ ਹੈ ਪਹਿਲਾਂ ਵੀ ਜਿਹੜੀ ਆਪਣੀ ਗਵਰਨਮੈਂਟ ਹੈ ਆਟਾ ਵੀ ਵੇਚ ਰਹੀ ਹੈ ਤੇ ਜਿਹੜੀ ਦਾਲਾਂ ਹੈਗੀ ਹੈ ਉਹ ਵੀ ਵੇਚ ਰਹੀ ਹੈ ਠੀਕ ਹੈ ਹੁਣ ਜਿਹੜੇ ਰਾਈਸ ਹੈਗੇ ਹਨ ਉਹ ਵੀ ਵੇਚੇ ਜਾਣਗੇ ਕੌਣ ਵੇਚੇਗਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਉਹ ਵੇਚੇਗਾ ਭਾਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਠੀਕ ਹੈ ਕਿਸ ਨਾਮ ਤੋਂ ਵੇਚੇਗਾ ਇਹ ਤੁਹਾਡਾ ਕੁਐਸਚਨ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਠੀਕ ਹੈ ਤਾਂ ਇਹ ਬੀਚੇਗਾ ਜੀ ਭਾਰਤ ਰਾਈਸ ਦੇ ਨਾਂ ਤੋਂ ਭਾਰਤ ਰਾਈਸ ਠੀਕ ਹੈ ਯਾਦ ਰੱਖਣਾ ਜੇ ਆਪਾਂ ਫੂਡ ਕੋਆਪਰੇਸ਼ਨ ਆਫ ਇੰਡੀਆ ਦੀ ਗੱਲ ਕਰੀਏ ਤੁਹਾਨੂੰ ਡਾਇਰੈਕਟ ਪੁੱਛਿਆ ਜਾਂਦਾ ਕਦੋਂ ਬਣਿਆ ਸੀਗਾ 1965 ਚ ਬਣਿਆ ਸੀਗਾ ਜੀ ਠੀਕ ਹੈ ਜੀ ਹੈੱਡ ਕੁਆਟਰ ਕਿੱਥੇ ਹੈ ਹੈੱਡ ਕੁਆਟਰ ਹੈਗਾ ਨਵੀਂ ਦਿੱਲੀ ਦੇ ਵਿੱਚ ਹੈੱਡ ਕੁਆਟਰ ਕਿੱਥੇ ਹੈ ਹੈੱਡ ਕੁਆਟਰ ਹੈਗਾ ਨਵੀਂ ਦਿੱਲੀ ਦੇ ਵਿੱਚ ਤੇ ਬਈ ਇਹ ਕਿਹੜੀ ਮਿਨਿਸਟਰੀ ਦੇ ਅਧੀਨ ਆਂਦਾ ਹੈ ਤਾਂ ਇਹ ਆਂਦਾ ਹੈ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰ ਦੇ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰ ਦੇ ਅਧੀਨ ਆਂਦਾ ਹੈ ਠੀਕ ਹੈ ਇਹ ਯਾਦ ਰੱਖਣ ਵਾਲੀ ਗੱਲ ਹੈਗੀ ਹੈ ਚਲੋ ਨੈਕਸਟ ਆਓ ਸਟੀਲ ਉਤਪਾਦਨ ਦੇ ਵਿੱਚ ਭਾਰਤ ਦਾ ਮੌਜੂਦਾ ਗਲੋਬਲ ਰੈਂਕ ਕੀ ਹੈ ਤਾਂ ਰੀਸੈਂਟਲੀ ਗਵਰਨਮੈਂਟ ਵੱਲੋਂ ਆਫੀਸ਼ੀਅਲੀ ਕਿਹਾ ਗਿਆ ਕਿ ਇੰਡੀਆ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਸੈਕੰਡ ਨੰਬਰ ਦੇ ਉੱਤੇ ਹੈ ਠੀਕ ਹੈ ਜੀ ਸਟੀਲ ਪ੍ਰੋਡਕਸ਼ਨ ਦੇ ਵਿੱਚ ਓਕੇ ਤੇ ਸਟੀਲ ਦਾ ਸਾਰਾ ਕੰਮਕਾਰ ਆਪਣੀ ਇੱਕ ਸਰਕਾਰੀ ਕੰਪਨੀ ਹੈਗੀ ਹੈ ਸਟੀਲ ਅਥਾਰਟੀ ਆਫ ਇੰਡੀਆ ਸੇਲ ਠੀਕ ਹੈ ਜਿਹਦਾ ਕਿ ਹੈੱਡਕੁਆਰਟਰ ਹੈਗਾ ਨਵੀਂ ਦਿੱਲੀ ਤੇ ਉਹ ਕਿਹੜੀ ਕਿਹੜੀ ਮਿਨਿਸਟਰੀ ਦੇ ਅਧੀਨ ਹੈ ਮਿਨਿਸਟਰੀ ਆਫ ਸਟੀਲ ਦੇ ਅਧੀਨ ਹੈ ਹੁਣ ਤੁਹਾਡੇ ਕੋਲ ਦੋ ਕੁਐਸਚਨ ਹੈਗੇ ਆ ਜੀ ਕੌਣ ਹੈ ਆਪਣਾ ਮਿਨਿਸਟਰ ਸਟੀਲ ਦਾ ਇਹ ਕਮੈਂਟ ਕਰਨਾ ਹੈ ਤੇ ਨਾਲ ਇਹ ਕਮੈਂਟ ਕਰਨਾ ਇਹਦਾ ਹੈਡ ਕੌਣ ਹੈ ਸਟੀਲ ਅਥਾਰਟੀ ਆਫ ਇੰਡੀਆ ਦਾ ਐਟ ਪ੍ਰੈਜ਼ੈਂਟ ਠੀਕ ਹੈ ਚਲੋ ਨੈਕਸਟ ਕੁਐਸਚਨ ਤੇ ਆਜੋ ਭਾਈ ਫਾਇਰ ਸਰਵਿਸ ਸਿਵਲ ਡਿਫੈਂਸ ਅਤੇ ਹੋਮ ਗਾਰਡਸ ਦੇ ਡਾਇਰੈਕਟਰ ਜਨਰਲ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਤਾਂ ਰੀਸੈਂਟਲੀ ਨਵੇਂ ਡਾਇਰੈਕਟਰ ਬਣੇ ਹੈ ਫਾਇਰ ਸਰਵਿਸਿਜ਼ ਸਿਵਲ ਡਿਫੈਂਸ ਤੇ ਹੋਮ ਗਾਰਡਸ ਤੇ ਠੀਕ ਹੈ ਤੇ ਉਸ ਤੋਂ ਪਹਿਲਾਂ ਆਪਾਂ ਸੀਆਈਐਸਐਫ ਤੇ ਸੀਆਰਪੀਐਫ ਦੇ ਵੀ ਦੇਖ ਚੁੱਕੇ ਹਾਂ ਨਵੀਂ ਕੱਲ ਮੈਂ ਤੁਹਾਨੂੰ ਕਰਾਇਆ ਸੀਗਾ ਠੀਕ ਹੈ ਕੁਐਸਚਨ ਤੁਹਾਡੇ ਵਾਸਤੇ ਕੇਮ ਇੱਥੇ ਰੱਖ ਰਹੇ ਹਾਂ ਕਿ ਨੀਨਾ ਸਿੰਘ ਨਵੀਂ ਹੈੱਡ ਬਣੀ ਹੈ ਨਵੀਂ ਡੀਜੀ ਬਣੀ ਹੈ ਕਿ ਦੀ ਕਿਹੜੀ ਹੈ ਆਪਣੀ ਪੈਰਾਮਿਲਟਰੀ ਫੋਰਸ ਦੀ ਹੈੱਡ ਬਣੀ ਹੈ ਠੀਕ ਹੈ ਡੀਜੀ ਬਣੀ ਹੈ ਤੇ ਫਰਸਟ ਊਮਨ ਹੋਗੀ ਹੈ ਡੀਜੀ ਬਣਨ ਵਾਲੀ ਇਸ ਪੈਰਾਮਿਲਟਰੀ ਫੋਰਸ ਦੀ ਅਸਟਾਨੇ ਠੀਕ ਹੈ ਤੇ ਇਸ ਕੁਐਸਚਨ ਦਾ ਆਪਣਾ ਰਾਈਟ ਆਨਸਰ ਕੀ ਹੈ ਇਸ ਕੁਐਸਚਨ ਦਾ ਆਪਣਾ ਰਾਈਟ ਆਨਸਰ ਹੈਗਾ ਜੀ ਵਿਵੇਕਸਰੀ ਵਾਸਤ ਵਿਵੇਕਸਰੀ ਵਾਸਤ ਹੈ ਜਿਹੜਾ ਉਹ ਬਣਾਇਆ ਗਿਆ ਠੀਕ ਹੈ ਚਲੋ ਨੈਕਸਟ ਆਓ ਜੀ ਭਾਰਤ ਦੀ ਪਹਿਲੀ ਪਰਮਾਣੂ ਪਹਿਲੀ ਪਰਮਾਣੂ ਨਹੀਂ ਸੋਰੀ ਭਾਰਤ ਦੀ ਪਹਿਲੀ ਪੰਡੂਬੀ ਸੈਰ ਸਪਾਟਾ ਸਹੂਲiyet ਕਿਸ ਸਥਾਨ ਤੇ ਸ਼ੁਰੂ ਕੀਤੀ ਜਾਣੀ ਹੈ ਠੀਕ ਹੈ ਤਾਂ ਟੂਰਿਜ਼ਮ ਨੂੰ ਬੜਾਵਾ ਦਿੱਤਾ ਜਾਏਗਾ ਬਈ ਠੀਕ ਹੈ ਪੰਡੂਬੀ ਦੀ ਸਹਿਤਾ ਨਾਲ ਠੀਕ ਹੈ ਪੰਡੂਬੀ ਮਤਲਬ ਪਾਣੀ ਦੇ ਵਿੱਚ ਜਿਹੜੀ ਚਲਦੀਆਂ ਸਬਮਰੀਨ ਸਬਮਰੀਨ ਨੂੰ ਆਪਾਂ ਬੋਲਦੇ ਆ ਆ ਦੇਖੋ ਅੰਗਰੇਜ਼ੀ ਦਾ ਬੜਾ ਸਬਮਰੀਨ ਠੀਕ ਹੈ ਪਾਣੀ ਦੇ ਵਿੱਚ ਜਾਂਦੇ ਆ ਆ ਫੋਟੋ ਦੇਖੋ ਤੁਸੀਂ ਠੀਕ ਹੈ ਇਦਾਂ ਦੀ ਇਹ ਜਿਹੜੀ ਹੁੰਦੀ ਹੈ ਇਹ ਹੁੰਦੀ ਹੈ ਸਮਰੀ ਠੀਕ ਹੈ ਤਾਂ ਟੂਰਿਜ਼ਮ ਨੂੰ ਵਧਾਇਆ ਜਾਇਆ ਜਾਏਗਾ ਜੀ ਆ ਹੈਗੀ ਹੈ ਪਾਣੀ ਦੇ ਵਿੱਚ ਡੁੱਬੀ ਹੋਈ ਨਗਰੀ ਦਵਾਰਕਾ ਇਹ ਜਸਟ ਇੱਕ ਐਨੀਮੇਸ਼ਨ ਹੈ ਰੀਅਲ ਫੋਟੋ ਨਹੀਂ ਹੈਗੀ ਠੀਕ ਹੈ ਦਵਾਰਕਾ ਨਗਰੀ ਦਵਾਰਕਾ ਗੁਜਰਾਤ ਦੇ ਵਿੱਚ ਹੈ ਕ੍ਰਿਸ਼ਨ ਜੀ ਦੀ ਨਗਰੀ ਹੈ ਠੀਕ ਹੈ ਉੱਥੋਂ ਦੀ ਸਰਕਾਰ ਨੇ ਇਹ ਫੈਸਲਾ ਲਿਆ ਕਿ ਜਿਹੜੀ ਦਵਾਰਕਾ ਸਿਟੀ ਹੈਗੀ ਆ ਉਹ ਦਿਖਾਈ ਜਾਏਗੀ ਟੂਰਿਜ਼ਮ ਨੂੰ ਵਧਾਇਆ ਜਾਇਆ ਜਾਏਗਾ ਪੰਡੂਬੀ ਦੀ ਮਦਦ ਨਾਲ ਠੀਕ ਹੈ ਪੰਡੂਬੀ ਜਿਹੜੀ ਪਾਣੀ ਚ ਡੁੱਬੀ ਹੁੰਦੀ ਹੈ ਦੇਖੋ ਆਪਾਂ ਪਾਣੀ ਚ ਡੁੱਬੀ ਹੋਈ ਹੈ ਜੇ ਇਹਨੂੰ ਬਾਹਰ ਦਾ ਕੁਝ ਦੇਖਣਾ ਹੋਵੇ ਹਨਾ ਸਮੁੰਦਰ ਦੇ ਬਾਹਰ ਦਾ ਤਾਂ ਇਹਦੇ ਉੱਪਰ ਪੈਰੀਸਕੋਪ ਲੱਗਿਆ ਹੁੰਦਾ ਹੈ ਕੀ ਹੁੰਦਾ ਹੈ ਪੈਰੀਸਕੋਪ ਇਹ ਮੈਥੇ ਲਿਖਿਆ ਹੈ ਇਹ ਸਾਇੰਸ ਦਾ ਕੁਸ਼ਣ ਆ ਜਾਂਦਾ ਹੈ ਕਈ ਵਾਰ ਵੀ ਪੰਡੂਬੀਆਂ ਦੇ ਵਿੱਚ ਸਮੁੰਦਰ ਤੋਂ ਬਾਹਰ ਦੇਖਣ ਵਾਸਤੇ ਕਿਸ ਚੀਜ਼ ਦਾ ਇਸਤੇਮਾਲ ਕਰਦੇ ਆ ਪੈਰੀਸਕੋਪ ਦਾ ਨੈਕਸਟ ਆਓ ਪ੍ਰਧਾਨ ਮੰਤਰੀ ਬੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਹੈਗੇ ਆ ਇੱਕ ਹਿੰਦੂ ਟੈਂਪਲ ਦਾ ਉਦਘਾਟਨ ਕਰਨਗੇ ਬਈ ਉਹਨਾਂ ਨੂੰ ਇਨਵੀਟੇਸ਼ਨ ਮਿਲੀ ਹੈ ਰੀਸੈਂਟਲੀ ਤੇ ਉਹ ਕਿੱਥੇ ਕਰਨਗੇ ਠੀਕ ਹੈ ਤਾਂ ਉਹ ਕਰਨਗੇ ਬਈ ਯੂਨਾਈਟਿਡ ਅਰਬ ਅਮੀਰੇਟਸ ਤੇ ਯੂਨਾਈਟਿਡ ਅਰਬ ਅਮੀਰੇਟਸ ਤੇ ਅਬੂ ਧABI ਦੇ ਵਿੱਚ ਕਿੱਥੇ ਅਬੂ ਧABI ਦੇ ਵਿੱਚ ਠੀਕ ਹੈ ਅਬੂ ਧABI ਦੇ ਵਿੱਚ ਉਹਨਾਂ ਨੇ ਟੈਂਪਲ ਦੀ ਜਿਹੜੀ ਹੈਗਾ ਉਦਘਾਟਨ ਕਰਨੀ ਹੈ ਨੈਕਸਟ ਆਉ ਰੀਸੈਂਟਲੀ ਸੀਜ਼ਾ ਅਲਾਉਸ ਨੰਦਨ ਕਾਨਨ ਜੂ ਆਫ ਡੈਸ਼ ਟੂ ਰੀਸੀਵ ਚੀਤਾ ਅਫਰੀਕਨ ਲਾਇਨ ਫਰੋਮ ਦੁਬਈ ਸਫਾਰੀ ਤਾਂ ਹਾਲ ਹੀ ਦੇ ਵਿੱਚ ਬਈ CZA CZDA ਦਾ ਮਤਲਬ ਕੀ ਹੈ CZA ਦਾ ਸਿੰਪਲ ਜਿਹਾ ਮਤਲਬ ਹੈ ਬਈ ਸੈਂਟਰਲ ਜ਼ੂ ਅਥਾਰਟੀ ਸੈਂਟਰਲ ਜ਼ੂ ਅਥਾਰਟੀ ਆਪਣੀ ਇੰਡੀਆ ਦੀ ਜਿਹੜੀ ਸੈਂਟਰਲ ਜ਼ੂ ਅਥਾਰਟੀ ਹੈਗੀ ਹੈ ਉਹਨਾਂ ਨੇ ਨੰਦਨਕਰਨ ਜ਼ੂ ਨੂੰ ਪਰਮਿਸ਼ਨ دیتی ਇਜਾਜ਼ਤ دیتی ਕਿ ਉਹ ਚਿਤਾ ਸਫਾਰੀ ਚਿਤਾ ਸਫਾਰੀ ਤੇ ਅਫਰੀਕੀ ਸ਼ੇਰ ਸਫਾਰੀ ਜਿਹੜੀ ਉਹ ਕਰ ਸਕਦੇ ਆ ਠੀਕ ਹੈ ਦੁਬਈ ਤੋ ਆਏਗੀ ਤਾਂ ਬਈ ਇਹ ਸਿੰਪਲ ਜੀ ਗੱਲ ਹੈ ਨੰਦਨਕਰਨ ਜ਼ੂ ਹੈ ਕਿੱਥੇ ਹੈ ਨੰਦਨਗਰਨ ਜੂ ਹੈਗਾ ਉੜੀਸਾ ਦੇ ਵਿੱਚ ਤੇ ਇੱਥੇ ਇੱਕ ਲੇਕ ਵੀ ਹੈਗੀ ਹੈ ਕਿਹੜੀ ਲੇਕ ਦੇ ਕਿਨਾਰੇ ਇਹ ਹੈ ਕਾਂਜੀਆ ਲੇਕ ਤਾਂ ਇਹ ਵੀ ਯਾਦ ਰੱਖਣਾ ਤੁਹਾਨੂੰ ਡਾਇਰੈਕਟ ਕੁਛ ਨਹੀਂ ਵੀ ਆ ਸਕਦਾ ਕਾਂਜੀਆ ਲੇਕ ਕਿੱਥੇ ਹੈ ਉੜੀਸਾ ਨੰਦਨਗਰਨ ਜੂ ਕਿਹੜੀ ਲੇਕ ਦੇ ਕਿਨਾਰੇ ਹੈ ਕਾਂਜੀਆ ਲੇਕ ਦੇ ਕਿਨਾਰੇ ਹੈ ਇਹ ਸਾਰੀ ਗੱਲਾਂ ਯਾਦ ਰੱਖਣ ਵਾਲੀ ਹੈਗੀਆਂ ਤੇ ਰਹੀ ਗੱਲ ਸੈਂਟਰਲ ਜੂ ਅਥਾਰਟੀ ਦੀ ਇਹ ਜਿਹੜੀ ਅਥਾਰਟੀ ਹੈ 1992 ਚ ਬਣੀ ਸੀਗੀ ਤੇ ਐਟ ਪ੍ਰੈਜ਼ੈਂਟ ਇਹ ਮਿਨਿਸਟਰੀ ਆਫ ਮਿਨਿਸਟਰੀ ਆਫ এনवायरमेंट ਦੇ ਅਧੀਨ ਹੈ ਠੀਕ ਹੈ ਮਿਨਿਸਟਰੀ ਆਫ এনवायरमेंट ਦੇ ਅਧੀਨ ਹੈ ਨੈਕਸਟ ਆਓ ਜੀ ਬ੍ਰਿਕਸ ਦੀ ਸੱਮਿਟ ਜਿਹੜੀ ਹੋਣੀ ਹੈ 2024 ਦੇ ਵਿੱਚ ਉਹ ਕਿਹੜੇ ਸ਼ਹਿਰ ਚ ਹੋਏਗੀ ਠੀਕ ਹੈ ਤਾਂ ਬ੍ਰਿਕਸ ਸੰਸਥਾ ਬਾਰੇ ਤੁਹਾਨੂੰ ਪਤਾ ਵੀ ਸਾਰਿਆਂ ਨੂੰ ਠੀਕ ਹੈ ਬ੍ਰਿਕਸ ਸੰਸਥਾ ਦੇ ਵਿੱਚ ਪੰਜ ਮੈਂਬਰ ਹੈਗੇ ਆ ਐਟ ਪ੍ਰੈਜ਼ੈਂਟ ਦਾ ਠੀਕ ਹੈ ਕੱਲ ਤੋਂ ਨਹੀਂ ਹੋਣਗੇ ਪੰਜ ਕੱਲ ਤੋਂ ਹੋਰ ਵੱਜ ਜਾਣਗੇ ਮੈਂ ਤੁਹਾਨੂੰ ਕਲੀਅਰ ਕਰਾ ਰਿਹਾ ਕਿਦਾਂ ਤਾਂ 2 ਤੋਂ ਬ੍ਰਾਜ਼ੀਲ ਹੋ ਗਿਆ ਰਸ਼ੀਆ ਹੋ ਗਿਆ ਇੰਡੀਆ ਹੋ ਗਿਆ ਚਾਈਨਾ ਹੋ ਗਿਆ ਤੇ ਸਾਊਥ ਅਫਰੀਕਾ ਹੋ ਗਿਆ ਠੀਕ ਹੈ ਭਾਈ ਹਰ ਸਾਲ ਇਹਨਾਂ ਦੀ ਮੀਟਿੰਗ ਹੁੰਦੀ ਹੈ ਜਿਵੇਂ 2023 ਵਾਲੀ ਹੋਈ ਸੀਗੀ ਜੋਨ ਜੋਨਸਬਰਗ ਦੇ ਵਿੱਚ ਠੀਕ ਹੈ ਤੇ 2024 ਦੀ ਹੋਏਗੀ ਕਾਜ਼ਾਨ ਰਸ਼ੀਆ ਦੇ ਵਿੱਚ ਠੀਕ ਹੈ ਤੇ ਥੀਮ ਵੀ ਆ ਲਿਖੀ ਹੋਈ ਹੈ ਥੀਮ ਨੋਟ ਕਰ ਸਕਦੇ ਹੋ 2024 ਵਾਸਤੇ ਥੀਮ ਕੀ ਹੋਏਗੀ ਤੇ ਆ ਬ੍ਰਿਕਸ ਬਾਰੇ ਆਪਾਂ ਕੁਝ ਦੇਖਦੇ ਹਾਂ ਪੁਆਇੰਟ ਠੀਕ ਹੈ ਆ ਇੱਕ ਬੁੱਕ ਜਿਹੜੀ ਮੇਰੀ ਆਣੀ ਹੈ ਉਹਦੀ ਸਟ੍ਰੈਟਿਜੀ ਜੀਕੇ ਜੀ ਉਹਦੇ ਇੱਕ ਟਾਪਿਕ ਹੈ ਉਹਦਾ ਸਕਰੀਨਸ਼ਾਟ ਮੈਂ ਪਾਇਆ ਤਾਂ ਬ੍ਰਿਕਸ ਭਾਈ Brazil Russia India China ਤੇ South Africa ਇਹਦਾ ਮਤਲਬ ਹੈ ਬ੍ਰਿਕਸ ਠੀਕ ਹੈ ਇਹ ਸੰਸਥਾ ਜਿਹੜੀ origianlly 2006 ਚ ਬਣੀ ਜੀਗੀ ਉਸ ਟਾਈਮ ਇਹਦਾ ਨਾਮ ਸੀਗਾ BRIC B R I C ਠੀਕ ਹੈ ਕਿੱਥੇ ਬਣੀ ਸੀਗੀ ਤਾਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ 61ਵਾਂ ਸੈਸ਼ਨ ਸੀਗਾ ਜੀ ਨਿਊਯਾਰਕ ਦੇ ਵਿੱਚ ਯਾਨੀ ਯੂਨ ਦਾ ਹੈੱਡ ਕੁਆਟਰ ਸੀਗਾ ਯੂਨ ਦਾ ਹੈੱਡ ਕੁਆਟਰ ਹੈ ਉੱਥੇ ਮੀਟਿੰਗ ਸੀਗੀ 61ਵੇਂ 61ਵਾਂ ਸੈਸ਼ਨ ਚੱਲ ਰਿਹਾ ਸੀਗਾ ਉੱਥੇ ਇਹਨਾਂ ਚਾਰ ਕੰਟਰੀਆਂ ਨੇ ਮਿਲ ਕੇ ਇੱਕ ਗਰੁੱਪ ਜਿਹੜਾ ਆਪਣਾ ਬਣਾਇਆ ਸੀਗਾ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਨੇ ਠੀਕ ਹੈ ਇਹਨਾਂ ਚਾਰ ਕੰਟਰੀਆਂ ਨੇ ਮਿਲ ਕੇ ਆਪਣਾ ਇੱਕ ਗਰੁੱਪ ਬਣਾਇਆ ਸੀਗਾ 2006 ਦੇ ਵਿੱਚ ਬਾਅਦ ਚ ਜਦੋਂ 2010 ਚ ਸਾਊਥ ਅਫਰੀਕਾ ਵੀ ਜੁਆਇਨ ਹੋ ਗਿਆ ਤਾਂ ਇਹਦਾ ਨਾਮ ਪੜ ਗਿਆ ਬ੍ਰਿਕਸ ਬੀ ਆਰ ਆਈ ਸੀ ਠੀਕ ਹੈ ਤੇ ਹੁਣ ਜਦੋਂ 2023 ਦੇ ਵਿੱਚ ਜਦੋਂ ਇਹਨਾਂ ਦੀ 15ਵੀਂ ਸੈਮੀਟ ਹੋਈ ਹੈ ਜੋਨਸਬਰਗ ਸਾਊਥ ਅਫਰੀਕਾ ਦੇ ਵਿੱਚ ਇੱਥੇ ਕੁਝ ਹੋਰ ਕੰਟਰੀਆਂ ਜਿਹੜੀ 6 ਹੋਰ ਕੰਟਰੀਆਂ ਨੂੰ ਇਨਵਾਈਟ ਕਰਿਆ ਗਿਆ ਮੈਂਬਰ ਬਣਨ ਵਾਸਤੇ ਉਹ 6 ਕੰਟਰੀਆਂ ਕਿਹੜੀਆਂ ਹੈ ਬਈ ਅਰਜנטיਨਾ ਈਜੀਪਟ ਇਥੋਪੀਆ ਈਰਾਨ ਸਾਊਦੀ ਅਰੇਬੀਆ ਤੇ ਯੂਨਾਈਟਿਡ ਅਰਬ ਏਮੀਰੇਟਸ ਠੀਕ ਹੈ ਇਹ ਵੀ ਜੁਆਇਨ ਹੋਣਗੀਆਂ ਕੱਲ ਤੋਂ ਯਾਨੀ 1 ਜਨਵਰੀ 2024 ਤੋਂ ਓਕੇ ਠੀਕ ਹੈ ਤੇ ਇੱਕ ਗੱਲ ਹੋਰ ਇਹਨਾਂ ਦਾ ਆਪਣਾ ਬੈਂਕ ਵੀ ਹੈ ਜੀ ਬ੍ਰਿਕਸ ਵਾਲਿਆਂ ਦਾ ਜਿਹਨੂੰ ਆਪਾਂ ਬੋਲਦੇ ਆ ਨਿਊ ਡਿਵੈਲਪਮੈਂਟ ਬੈਂਕ ਇਹ ਬਣਾਇਆ ਸੀਗਾ ਜੀ 2 ਜੁਲਾਈ 2015 ਦੇ ਵਿੱਚ ਠੀਕ ਹੈ ਜੁਲਾਈ 2015 ਚ ਹੈੱਡ ਕੁਆਟਰ ਕਿੱਥੇ ਹੈ ਸ਼ੰਘਾਈ ਚైనా ਇਸ ਬੈਂਕ ਦਾ ਪਹਿਲਾ ਪ੍ਰੈਜ਼ੀਡੈਂਟ ਕੌਣ ਸੀਗਾ ਕੇਵੀ ਕਾਮਤ ਇਹ ਕੀ ਇੰਡੀਆ ਦਾ ਸੀਗਾ ਸੁਪਰ ਇੰਪੋਰਟੈਂਟ ਹੈ ਡਾਇਰੈਕਟ ਆਂਦਾ ਜੀ ਬ੍ਰਿਕਸ ਬੈਂਕਸ ਨੂੰ ਕੀ ਕਿਹਾ ਜਾਂਦਾ ਹੈ ਬ੍ਰਿਕਸ ਬੈਂਕ ਨੂੰ ਕਿਹਾ ਜਾਂਦਾ ਹੈ ਨਿਊ ਡਿਵੈਲਪਮੈਂਟ ਬੈਂਕ ਯਾਨੀ ਐਨ ਡੀ ਬੀ ਠੀਕ ਹੈ ਨਿਊ ਡਵੈਲਪਮੈਂਟ ਬੈਂਕ ਕਿਹੜੀ ਸੰਸਥਾ ਦਾ ਬੈਂਕ ਹੈ ਬ੍ਰਿਕਸ ਦਾ ਬੈਂਕ ਹੈ ਅਜੀ ਇਹ ਕੁਐਸਚਨ ਆਉਂਦੇ ਹੈ ਨਿਊ ਡਵੈਲਪਮੈਂਟ ਬੈਂਕ ਦਾ ਹੈੱਡ ਕੁਆਟਰ ਕਿੱਥੇ ਹੈ ਇਹ ਹੈਗਾ ਸਿੰਗਾਹੀ ਚైనా ਨਿਊ ਡਵੈਲਪਮੈਂਟ ਬੈਂਕ ਯਾਨੀ ਬ੍ਰਿਕਸ ਬੈਂਕ ਦਾ ਪਹਿਲਾ ਪ੍ਰੈਜ਼ੀਡੈਂਟ ਕੌਣ ਸੀਗਾ ਕੇਵੀ ਕਮਤ ਇੰਡੀਆ ਤੋਂ ਦੂਸਰਾ ਸੀਗਾ ਜੀ ਮਾਰਕੋਸ ਪ੍ਰਾਡੋ ਟਰਾਇਜ਼ੋ ਇਹ ਬ੍ਰਾਜ਼ੀਲ ਤੋਂ ਸੀਗਾ ਤੇ ਐਟ ਪ੍ਰੈਜ਼ੈਂਟ ਕੌਣ ਹੈ ਦਿੱਲੀ ਮਰੋਸਫ ਇਹ ਵੀ ਬ੍ਰਾਜ਼ੀਲ ਤੋਂ ਹੈਗੀ ਹੈ ਤੇ ਇਹ ਫਰਸਟ ਊਮਨ ਪ੍ਰੈਜ਼ੀਡੈਂਟ ਹੈ ਬ੍ਰਿਕਸ ਦੀ ਬ੍ਰਿਕਸ ਬੈਂਕ ਦੀ ਫਰਸਟ ਊਮਨ ਫਰਸਟ ਊਮਨ ਪ੍ਰੈਜ਼ੀਡੈਂਟ ਆਫ ਜਿਹੜੀ ਯਾਦ ਰੱਖਣੀ ਹੈ ਤਾਂ 6 ਹੋਰ ਕੰਟਰੀਆਂ ਜਿਹੜੀ ਜੁਆਇਨ ਕਰਨਗੀਆਂ ਪਰ ਇੱਕ ਗੱਲ ਹੋਰ ਹੈ ਮੈਂ ਅੱਗੇ ਜਾ ਕੇ ਤੁਹਾਨੂੰ ਦੱਸੂਗਾ ਚਲੋ ਅੱਗੇ ਆਜੋ ਰੀਸੈਂਟਲੀ ਬਈ ਇਹਨਾਂ ਦਾ ਦੇਹਾਂਤ ਹੋ ਗਿਆ ਵੀ ਵਿਜੇਕਾਂਤ ਦਾ ਵਿਜੇਕਾਂਤ ਕੌਣ ਹੈ ਤਾਮਿਲਨਾਡੂ ਦੀ ਇੱਕ ਤਾਮਿਲਨਾਡੂ ਦੀ ਇਹ ਹੈਗੀ ਵਿਜੇਕਾਂਤ ਠੀਕ ਹੈ ਤਾਮਿਲਨਾਡੂ ਦੀ ਇੱਕ ਉਹ ਹੈਗੀ ਹੈ ਪਾਰਟੀ DMDK ਉਹਨਾਂ ਦੇ ਫਾਊਂਡਰ ਹੈਗੇ ਆ ਐਕਟਰ ਵੀ ਸੀਗੇ ਪਹਿਲਾਂ ਠੀਕ ਹੈ ਇਹਨਾਂ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀਗਾ ਆ ਵੀ ਡੀ ਡੀਐਮਡੀ ਕੇ ਪਾਰਟੀ ਦਾ ਮਤਲਬ ਕੀ ਹੈ ਇਹਦਾ ਮਤਲਬ ਹੈਗਾ ਜੀ ਦੇਸੀਆ ਦੇਸੀਆ ਮੂਰਪੱਕੂ ਦ੍ਰਵਿੜਾ ਜਾਂ ਦ੍ਰਵਿੜ ਕੜਗਮ ਯੱਕਜ਼ੋਗ ਠੀਕ ਹੈ ਆ ਨਾਮ ਹੈਗਾ ਜੀ ਆ ਪਾਰਟੀ ਹੈ ਜਿਹੜੀ 2001 2001 ਨਹੀਂ 2005 ਚ ਬਣਾਈ ਸੀਗੀ ਠੀਕ ਹੈ 2005 ਚ ਬਣਾਈ ਸੀਗੀ ਹੈਡਕੁਆਰਟਰ ਇਹਦਾ ਹੈਗਾ ਚੇਨਈ ਤਾਮਿਲਨਾਡੂ ਦੀ ਪੋਲੀਟੀਕਲ ਪਾਰਟੀ ਹੈ ਪਰ ਫਿਲਹਾਲ ਹਾਲਾਤ ਖਰਾਬ ਹੈ ਪਾਰਟੀ ਦੇ ਠੀਕ ਹੈ ਤੇ ਇਹ ਜਿਹੜੇ ਐਕਟਰ ਹੈਗੇ ਆ ਵਿਜੇ ਕਾਂਤ ਵਿਜੇ ਕਾਂਤ ਦੀ ਇੱਕ ਮੂਵੀ ਸੀਗੀ ਉਸ ਮੂਵੀ ਦੇ ਵਿੱਚ ਇਹਨਾਂ ਨੇ ਕੈਪਟਨ ਦਾ ਰੋਲ ਕਰਿਆ ਸੀਗਾ ਇਸ ਕਰਕੇ ਇਹਨਾਂ ਨੂੰ ਫੇਮਸਲੀ ਕੈਪਟਨ ਦੇ ਨਾਂ ਤੋਂ ਜਾਣਿਆ ਜਾਂਦਾ ਠੀਕ ਹੈ ਇਹਨਾਂ ਨੂੰ ਕੈਪਟਨ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਯਾਦ ਰੱਖਣਾ ਠੀਕ ਹੈ ਤਾਮਿਲਨਾਡੂ ਦਾ ਹੈ ਨਾ ਇੱਕ ਤਾਮਿਲਨਾਡੂ ਸਟੇਟ ਦਾ ਮੈਂ ਤੁਹਾਨੂੰ ਦੱਸਦਾ ਤਾਮਿਲਨਾਡੂ ਸਟੇਟ ਦਾ ਸਭ ਤੋਂ ਵੱਡਾ ਜਿਹੜਾ ਅਵਾਰਡ ਹੈ ਹਾਈਐਸਟ ਸਿਵਿਲিয়ান ਅਵਾਰਡ ਤਾਮਿਲਨਾਡੂ ਗਵਰਨਮੈਂਟ ਦੁਆਰਾ ਦੇਜਿਆ ਜਾਂਦਾ ਉਹਨੂੰ ਆਪਾਂ ਬੋਲਦੇ ਆ ਕਲਾਈ ਮਮਾਨੀ ਠੀਕ ਹੈ ਇਹ ਕਲਾਈਮਾਨੀ ਇਹ ਹਾਈਐਸਟ ਅਵਾਰਡ ਹੈ ਹਾਈਐਸਟ ਤਾਮਿਲनाडु ਦਾ ਹਾਈਐਸਟ ਸਿਵਿਲੀਅਨ ਅਵਾਰਡ ਆਫ ਤਾਮਿਲਨਾਡੂ ਠੀਕ ਹੈ ਇਹ ਵੀ ਮਿਲ ਚੁਕਿਆ ਹੈ ਇਹਨਾਂ ਨੂੰ ਕਿ ਇਹਨਾਂ ਨੂੰ ਵਿਜੇਗਾਂਤ ਨੂੰ ਕਦੋਂ ਮਿਲਿਆ ਸੀਗਾ 2001 ਚ ਮਿਲਿਆ ਸੀਗਾ ਠੀਕ ਹੈ ਚਲੋ ਨੈਕਸਟ ਨਵੀਂ ਭਾਰਤੀ ਦੂਰ ਸੰਚਾਰ ਕਾਨੂੰਨ ਜਿਹੜਾ ਕਿ ਹੁਣੇ ਇਸੇ ਸਾਲ ਭਈ 2023 ਚ ਆਇਆ ਉਪਾਗਤ ਉਪਭੋਗਤਾ ਜਿਹੜੇ ਹੈਗੇ ਐ ਮੈਂ ਉਹਨਾਂ ਨੂੰ ਅਣਚਾਹੀ ਸੰਦੇਸ਼ ਭੇਜਣ ਤੇ ਅਧਿਕਤਮ ਜੁਰਮਾਨਾ ਕੀ ਹੈ ਤਾਂ ਅਨਵਾਂਟਡ ਮੈਸੇਜ ਜਿਹੜੇ ਆਈ ਜਾਂਦੇ ਆ ਜੀ ਕਦੇ ਕਿਸੇ ਤੋਂ ਆਏ ਜਾਂਦੇ ਆ ਕਦੇ ਕ੍ਰੈਡਿਟ ਕਾਰਡ ਵਾਲੇ ਤੋਂ ਕਦੇ ਕਿਸੇ ਤੋਂ ਹੈਨਾ ਤਾਂ ਇਹ ਇਹਨਾਂ ਦੇ ਉੱਤੇ ਕਿੰਨਾ ਫਾਈਨ ਲੱਗ ਸਕਦਾ ਹੈ ਤਾਂ ਇਹਨਾਂ ਦੇ ਉੱਤੇ ਮੈਕਸਿਮਮ ਫਾਈਨ ਲੱਗ ਸਕਦਾ ਹੈ ਜੀ 50000 ਰੁਪਇਆ ਠੀਕ ਹੈ 50000 ਤੱਕ ਦਾ ਫਾਈਨ ਹੈ ਜਿਹੜਾ ਲੱਗ ਸਕਦਾ ਹੈ ਤੇ ਦੇਖੋ ਇਹ ਨਵਾਂ ਕਾਨੂੰਨ ਆਇਆ ਪੁਰਾਣੇ ਵਾਲਾ ਕਾਨੂੰਨ ਕਿਹੜਾ ਸੀਗਾ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਹਾਲਾਂਕਿ ਮੈਂ ਪਿਛਲੀ ਕਲਾਸਾਂ 'ਚ ਤੁਹਾਨੂੰ ਕਰਾ ਚੁ इंडियन टेलीग्राफ एक्ट 1919 1900 ਨਹੀਂ ਕਹਿੰਦਾ 1858 ਠੀਕ ਹੈ ਤਾਂ ਇਹ ਯਾਦ ਰੱਖਣਾ ਹੈ ਬਈ ਨੈਕਸਟ ਆਪ 26ਵੇਂ ਰਾਸ਼ਟਰੀ ਇਕਤਾ ਯੂਥ ਲੀਡਰਸ਼ਿਪ ਕੈਂਪ ਦਾ ਸਥਾਨ ਕਿਹੜਾ ਸ਼ਹਿਰ ਹੈ ਤਾਂ ਇਹ ਕੈਂਪ ਜਿਹੜਾ ਲੱਗੇਗਾ ਵੀ 26ਵੇਂ ਨੈਸ਼ਨਲ ਇੰਟੀਗ੍ਰੇਸ਼ਨ ਐਂਡ ਯੂਥ ਲੀਡਰਸ਼ਿਪ ਕੈਂਪ ਇਹ ਕਿੱਥੇ ਲੱਗੇਗਾ ਤਾਂ ਇਹ ਲੱਗੇਗਾ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਇਟਾਣਾਗੜ ਦੇ ਵਿੱਚ ਕਿੱਥੇ ਲੱਗੇਗਾ ਇਟਾਣਾਗੜ ਦੇ ਵਿੱਚ ਲੱਗਣਾ ਹੈ ਨੈਕਸਟ ਆਓ ਜੀ फेम इंडिया स्कीम ਜਿਹੜੀ ਹੈਗੀ ਆ ਉਹ ਕਿਹੜੇ ਮੰਤਰਾਲੇ ਦੁਆਰਾ ਚਲਾਈ ਜਾਂਦੀ ਹੈ ਤਾਂ फेम इंडिया स्कीम ਦਾ फेम ਦਾ ਮਤਲਬ ਕੀ ਹੈ फेम ਦੀ ਫੁੱਲ ਫਾਰਮ ਯਾਦ ਰੱਖਣੀ ਹੈ ਤੁਹਾਨੂੰ ਪੁੱਛੀ ਜਾ ਸਕਦੀ ਹੈ ਜੀ ਫਾਸਟਰ ਅਡਾਪਸ਼ਨ ਐਂਡ ਮੈਨੂਫੈਕਚਰਿੰਗ ਠੀਕ ਹੈ ਤੇਜ਼ੀ ਤੇਜ਼ੀ ਦੇ ਨਾਲ ਅਡਾਪਟ ਕਰੋ ਤੇ ਮੈਨੂਫੈਕਚਰ ਕਰੋ ਇਸ ਚੀਜ਼ ਨੂੰ ਇਲੈਕਟ੍ਰਿਕ ਵੀਕਲਸ ਨੂੰ ایਵੀ ਇਲੈਕਟ੍ਰਿਕ ਵੀਕਲਸ ਪੀਏ ਠੀਕ ਹੈ ਨਾ ਇਲੈਕਟ੍ਰਿਕ ਵੀਕਲਸ ਇਲੈਕਟ੍ਰਿਕ ਵੀਕਲਸ ਨੂੰ ਅਡਾਪਟ ਕਰੋ ਤੇ ਮੈਨੂਫੈਕਚਰ ਕਰੋ ਆ ਸਕੀਮ ਹੈਗੀ ਹੈ ਫੇਮ ਸਕੀਮ ਠੀਕ ਹੈ ਜਿਹੜੀ ਕਿ 2015 ਚ ਲਾਂਚ ਕਰੀ ਗਈ ਸੀ ਕਦੋਂ 2015 ਚ ਲਾਂਚ ਕਰੀ ਗਈ ਸੀ ਤੇ ਇਹ ਕਿਹੜੀ ਮਿਨਿਸਟਰੀ ਦੇ ਅਧੀਨ ਹੈ ਮਿਨਿਸਟਰੀ ਆਫ ਹੈਵੀ ਇੰਡਸਟਰੀਜ਼ ਤੇ ਮਿਨਿਸਟਰੀ ਆਫ ਹੈਵੀ ਇੰਡਸਟਰੀ ਦੇ ਅਧੀਨ ਹੈ ਠੀਕ ਹੈ ਤੇ ਗਵਰਨਮੈਂਟ ਵੱਲੋਂ ਕਾਫੀ ਸਪੋਰਟ ਹੈ ਜਿਹੜੀ ਇਲੈਕਟ੍ਰਿਕ ਵੀਕਲਸ ਨੂੰ ਕਰੀ ਗਈ ਹੈ ਇਹਨਾਂ ਦੇ ਇਹਨਾਂ ਦੇ ਉੱਤੇ ਜੀਐਸਟੀ ਹੈ ਜਿਹੜੀ ਜੀਐਸਟੀ ਪਹਿਲਾਂ ਲੱਗਦੀ ਹੁੰਦੀ ਸੀਗੀ 12 12% ਤੋਂ ਵੀ ਗਵਰਨਮੈਂਟ ਨੇ ਘਟਾ ਕੇ 5% ਕਰੀ ਜੇ ਕਿਸੇ ਨੇ ਜੇ ਕਿਸੇ ਨੇ ਇਹ ਸਟੇਸ਼ਨ ਖੋਲਣਾ ਚਾਰਜਿੰਗ ਸਟੇਸ਼ਨ ਖੋਲਣਾ ਇਹਨਾਂ ਦਾ ਵੀ ਠੀਕ ਹੈ ਤਾਂ ਉਹਨਾਂ ਦੇ ਉੱਤੇ ਪਹਿਲਾਂ GST ਲੱਗਦੀ ਸੀਗੀ 18% 18% ਤੋਂ ਘਟਾ ਕੇ ਗਵਰਨਮੈਂਟ ਨੇ ਕਰੀ ਹੈ 5% ਯਾਨੀ ਗਵਰਨਮੈਂਟ ਵੱਲੋਂ ਫੁੱਲ ਸਪੋਰਟ ਹੈ ਜਿਹੜੀ ਦੇਈ ਜਾ ਰਹੀ ਹੈ ਇਲੈਕਟ੍ਰਿਕ ਵਹੀਕਲਸ ਨੂੰ ਕਲੀਅਰ ਚਲੋ ਗਿਆ ਦੇਖੋ ਵੀ ਹੁਣੇ ਆਪਾਂ ਪੜ੍ਹ ਕੇ ਹਟਿਆ ਕਿ ਬ੍ਰਿਕਸ ਦੇ ਵਿੱਚ ਆ ਦੇਖੋ ਕਿ ਬ੍ਰਿਕਸ ਦੇ ਵਿੱਚ 1 ਜਨਵਰੀ 2024 ਤੋਂ 6 ਨਵੇਂ ਦੇਸ਼ ਐ ਜਿਹੜੇ ਐਡ ਹੋਣੇ ਆ ਠੀਕ ਹੈ ਪਰ ਰੀਸੈਂਟਲੀ ਇੱਕ ਦੇਸ਼ ਨੇ ਇੱਕ ਦੇਸ਼ ਨੇ ਜਿਹੜਾ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਕਹਿੰਦਾ ਵੀ ਨਹੀਂ ਆਪਾਂ ਨੇ ਜੁਆਇਨ ਨਹੀਂ ਕਰਨਾ ਠੀਕ ਹੈ ਤਾਂ ਜੁਆਇਨ ਕਿਹੜੇ-ਕਿਹੜੇ ਨੇ ਕਰਨਾ ਸੀਗਾ ਜੁਆਇਨ ਕਰਨ ਵਾਲੀ ਕੰਟਰੀਆਂ ਸੀਗੀ ਅਰਜنٹੀਨਾ, ਇਜੀਪਟ, ਇਥੋਪੀਆ, ਈਰਾਨ, ਸਾਊਦੀ ਅਰੇਬੀਆ ਤੇ ਯੂਨਾਈਟਿਡ ਅਰਬ ਏਮੀਰੇਟਸ ਇਹਨਾਂ ਦੇ ਵਿੱਚੋਂ ਅਰਜنٹੀਨਾ ਜਿਹੜਾ ਉਹ ਮਨਾ ਕਰ ਗਿਆ ਕਿਉਂਕਿ ਉੱਥੇ ਹੋ ਗਈ ਗਵਰਨਮੈਂਟ ਚੇਂਜ ਤੇ ਰਾਜਨੀਤੀ ਤੁਹਾਨੂੰ ਪਤਾ ਸਾਰੀ ਜਗ੍ਹਾ ਹੀ ਹੁੰਦੀ ਹੈ ਫਿਰ ਅਰਜنٹੀਨਾ ਨੇ ਮ ਠੀਕ ਹੈ ਨਵਾ ਇਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹਦਾ ਨਾਮ ਕੀ ਹੈ ਉਹਨਾਂ ਦਾ ਨਾਮ ਹੈਗਾ ਜੇਵੀਅਰ ਮਾਈਲਸ ਠੀਕ ਹੈ ਐਸਏ ਇਹਨੇ ਮਨ ਕਰਤਾ ਕਹਿੰਦਾ ਨਹੀਂ ਆਪਾਂ ਨਹੀਂ ਜੁਆਇਨ ਨਹੀਂ ਕਰਨਾ ਭਾਈ ਠੀਕ ਹੈ ਓਕੇ ਕੁਝ ਆਪਾਂ ਜਨਰਲ ਅਵੇਨਸ ਦੀ ਗੱਲਾਂ ਦੇਖ ਰਹੇ ਹਾਂ ਜੀ ਤੁਹਾਨੂੰ ਕੁਐਸਚਨ ਕਈ ਵਾਰ ਇਹ ਆ ਜਾਂਦਾ ਹੈ ਕਿ ਸੁਪੀਸ ਇਹ ਜਿਹੜਾ ਪੋਰਟਲ ਹੈਗਾ ਇਹ ਸੁਪੀਸ ਇਹ ਪੋਰਟਲ ਕਿਹਦਾ ਹੈ ਤਾਂ ਸੁਪਰੀਮ ਕੋਰਟ ਆਫ ਇੰਡੀਆ ਦਾ ਹੈਗਾ ਇਹ ਠੀਕ ਹੈ ਈਆਈ ਪੋਰਟਲ ਹੈ ਫੁੱਲ ਫਾਰਮ ਕੀ ਹੈ ਦੀ ਤਾਂ ਸੁਪਰੀਮ ਕੋਰਟ ਪੋਰਟਲ ਫॉर ਅਸਿਸਟੈਂਸ ਇਨ ਕੋਰਟਸ ਐਫੀਸ਼ੀਐਂਸੀ ਇਹ ਇਹਦੀ ਫੁੱਲ ਫਾਰਮ ਹੈਗੀ ਹੈ ਰੀਸੈਂਟਲੀ ਆਪਾਂ ਨੇ ਕੁਐਸਚਨ ਕਰਿਆ ਸੀਗਾ ਕਿ ਨਾਸਾ ਨੇ ਗੋਡ ਆਫ ਚਾਉਸ ਵਾਸਤੇ ਇਹ ਜਿਹੜਾ ਐਸਟਰਾਇਡ ਹੈ ਇਹਦੇ ਵਾਸਤੇ ਕੀ ਲਾਂਚ ਕਰਿਆ ਸੀਗਾ ਆਪਣੇ ਕਿ ਨਵਾਂ ਮਿਸ਼ਨ ਹੈ ਜਿਹੜਾ ਰੀ ਲਾਂਚ ਕਰਿਆ ਉਹਨੂੰ ਇਹਦਾ ਅਸਲੀ ਨਾਮ ਕੀ ਹੈ ਇਸ ਐਸਟਰਾਇਡ ਦਾ ਅਪੋਫਿਸ ਠੀਕ ਹੈ ਨਾ ਅਪੋਫਿਸ ਇਹ ਐਸਟਰਾਇਡ ਹੈਗਾ ਜਿਹਨੂੰ ਆਪਾਂ ਗੋਡ ਆਫ ਚਾਉਸ ਕਹਿੰਦੇ ਆ ਨਾਰਥ ਈਸਟਰਨ ਇੰਸਟੀਟਿਊਟ ਆਫ ਆਯੁਰਵੇਦ ਐਂਡ ਫੌਕ ਮੈਡੀਸਨ ਰਿਸਰਚ ਇੰਸਟੀਟਿਊਟ ਕਿੱਥੇ ਹੈ ਇਹ ਹੈ ਇੱਕ ਸੰਸਥਾ ਆਪਣੀ ਹੈਗੀ ਜੀ ਨਾਫਿਡ ਐਨ اے ਐਫ ਈ ਡੀ ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਜਿਹੜੇ ਆਪਣੇ ਐਗਰੀਕਲਚਰ ਪ੍ਰੋਡਕਟ ਵਗੈਰਾ ਹੁੰਦੇ ਆ ਉਹਨਾਂ ਉਹਨਾਂ ਦੀ ਮਾਰਕੀਟਿੰਗ ਵਾਸਤੇ ਇਹ ਕੰਮ ਕਰਦੇ ਆ ਨਾਫਿਡ ਵਾਲੇ ਤੇ ਰੀਸੈਂਟਲੀ ਆਪਾਂ ਨੇ ਜਿਵੇਂ ਭਾਰਤ ਰਾਈਸ ਹੈ ਨਾ ਇਹ ਲਾਂਚ ਕਰਨੇ ਆ ਗਵਰਨਮੈਂਟ ਨੇ ਤਾਂ ਇਹ ਹੀ ਡਿਸਟ੍ਰੀਬਿਊਟ ਕਰਦੇ ਆ ਸੈਂਟਰਾਂ ਦੇ ਉੱਤੇ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਬਈ ਤੇ ਕੱਲ ਤੋਂ ਆਪਾਂ 1 ਜਨਵਰੀ ਤੋਂ ਸਟਾਰਟ ਕਰਾਂਗੇ ਲਾਈਵ ਕਲਾਸ ਦੇ ਬਾਰੇ ਅੱਜ ਬਸ 31 ਦਾ ਸੀਗਾ ਥੋੜਾ ਜਿਹਾ ਤabbe ਠੀਕ ਨਹੀਂ ਸੀ ਤਾਂ ਮੈਂ ਤੁਹਾਨੂੰ ਇਹ ਟਾਈਪ ਤੇ ਪੜਾ ਰਿਆ। ਆਕੀ ਭਾਈ ਚੈਨਲ ਦੇ ਉੱਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇਹ ਆਪਣੀ ਪਲੇਲਿਸਟਾਂ ਹੈਗੀਆਂ ਇੱਕ ਵਾਰ ਦੇਖ ਸਕਦੇ ਹੋ ਚੈਨਲ ਦੇ ਉੱਤੇ ਜਾ ਕੇ ਇਹ ਆਪਣਾ ਬੈਚ ਹੈ ਸੁਪਰ ਇੰਪੋਰਟੈਂਟ ਹੈ ਜੀ ਪੰਜਾਬ ਸਿਲੈਕਸ਼ਨ ਬੈਚ 2024 ਦੇ ਕਿਸੇ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਕਰਨੀ ਹੈ ਨਾ ਜੋ ਵੀ ਆਪਣੇ ਪੰਜਾਬ ਦੇ ਆਣੇ ਆ ਇਸ ਬੈਚ ਨਾਲ ਜੁੜ ਸਕਦੇ ਹੋ ਨਿਊ ਇਅਰ ਸੇਲ ਵੀ ਚੱਲੀ ਹੋਈ ਹੈ ਤੁਹਾਨੂੰ 30% ਜਾਂ ਉਸ ਤੋਂ ਵੀ ਜ਼ਿਆਦਾ ਦਾ ਆਫ ਹੈ ਜਿਹੜਾ ਮਿਲ ਜੇਗਾ ਇੱਕ ਵਾਰ ਉਹਦੇ ਤੇ ਐਪ ਤੇ ਜਾ ਕੇ ਜ਼ਰੂਰ ਚੈੱਕ ਕਰ ਲਓ ਜਾਂ ਇਸ ਨੰਬਰ ਦੇ ਉੱਤੇ ਕਾਲ ਕਰ ਲਓ। ਠੀਕ ਹੈ ਟੈਸਟ ਸੀਰੀਜ਼ ਹੈਗੀ ਆ ਬਾਕੀ ਮੇਰੇ ਨਾਲ ਇੱਥੇ ਜੁਆਇਨ ਹੋ ਜਾਓ ਬਈ ਇਹ ਮੇਰਾ ਇੰਸਟਾਗ੍ਰam ਅਕਾਊਂਟ ਹੈ ਕੀਤ ਸਿੰਘ ਰਾਣਾ ਦੇ ਨਾਮ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਣੀ ਬਾਕੀ ਦੇਖੋ ਲਾਈਵ ਦੀ ਅਜਤਪਈ ਹੋਈ ਹੈ ਤਾਂ ਲਾਈਵ ਵਾਲੇ ਨੂੰ ਤਾਂ ਕਿੱਥੇ ਮਜਾ ਆਇਆ ਹੁਣ ਪਰ ਕੋਈ ਗੱਲ ਨਹੀਂ ਬਈ ਜਿਹੜਾ ਡਾਟਾ ਹੈ 31 ਵਾਲਾ ਇਹ ਆਪਣਾ ਨੋਟ ਕਰ ਲਓ ਤੇ ਕੱਲ ਤੋਂ ਆਪਾਂ 1 ਜਨਵਰੀ ਤੋਂ ਦੁਬਾਰੇ ਫਿਰ ਲਾਈਵ ਸਟਾਰਟ ਕਰਾਂਗੇ ਓਕੇ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਸ ਸਾਲ ਥੋੜੀ ਜੋਬ ਲੱਗ ਜੇ ਬਈ ਜਿਹੜੀ ਤੁਹਾਡੀ ਡ੍ਰੀਮ ਜੋਬ ਹੈ ਹੈਨਾ ਚਲੋ ਜੀ ਬਾਏ